तुसी सुन रहे हो चावला न्यूज नेटवर्क टोरंटो CNN टोरंटो। ਪੱਟੀ ਜੀ ਤੁਹਾਡਾ ਬਹੁਤ ਬਹੁਤ ਮੇਰੇ ਵੱਲੋਂ ਨਿੱਘਾ ਸਵਾਗਤ ਹੈਗਾ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜੀ ਸ਼ੁਕਰੀਆ ਜੀ, ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸ਼ੁਰੂ ਕਰਦੇ ਹਾਂ ਖਬਰਾਂ ਦਾ ਸਿਲਸਿਲਾ ਪੱਟੀ ਸਾਹਿਬ ਜੀ, ਕਿ ਭਾਰਤ ਸਰਕਾਰ ਖਬਰਾਂ ਦੇ ਵਿੱਚ ਹੈਗਾ ਕਿ ਗਰੀਬਾਂ ਉੱਤੇ, ਕੈਦੀਆਂ ਉੱਤੇ ਹੋਈ ਹੈ ਮਿਹਰਬਾਨ, ਜ਼ੁਰਮਾਨੇ ਹੁਣ ਉਹਨਾਂ ਨੇ ਕਹਿੰਦੇ ਨੇ ਕਿ ਸਰਕਾਰ ਭਰੇਗੀ, ਕੀ ਕਹਿਣਾ ਚਾਹੋਗੇ? ਭਾਰਤ ਦੇ ਵਿੱਚ ਕਰੀਬ ਕਰੀਬ 1400 ਦੇ ਕਰੀਬ ਜੇਲਾਂ ਨੇ, ਇਹਨਾਂ ਦੇ ਵਿੱਚ ਕੁਛ ਓਪਨ ਜੇਲਾਂ ਵੀ ਹੈਗੀਆਂ, ਵੁਮਨ ਜੇਲਾਂ ਵੀ ਹੈਗੀਆਂ, ਸਾਰੀਆਂ ਜੇਲਾਂ ਮਿਲਾ ਕੇ ਤੇ 5 ਲੱਖ ਦੇ ਕਰੀਬ ਇਹਨਾਂ ਚ ਕੈਦੀ ਨੇ ਤੇ ਕੈਪੈਸਿਟੀ ਜਿਹੜੀ ਆ ਉਹ ਸਿਰਫ ਤੇ ਸਿਰਫ 4,14,000 ਦੀ, ਮਤਲਬ ਕਲੀਬ ਕਰੀਬ 86,000 ਕੈਦੀ ਜਿਹੜੇ ਆ ਓਵਰ ਕਰਾਊਡਡ। ਹੁਣ ਸਰਕਾਰ ਇਹ ਸੋਚ ਰਹੀ ਆ ਵੀ ਕਈ ਅਜਿਹੇ ਕੈਦੀ, ਗਰੀਬ ਕੈਦੀ ਨੇ ਜਿਨ੍ਹਾਂ ਦੀ ਕੈਦ ਵੀ ਪੂਰੀ ਹੋ ਚੁੱਕੀ ਆ, ਜੁਰਮਾਨੇ ਨਹੀਂ ਦੱਸ ਸਕਦਾ ਸੀ ਕਿ ਉਹਨਾਂ ਦੀ ਜ਼ਮਾਨਤ ਦੇਣ ਵਾਲਾ ਕੋਈ ਨਹੀਂ ਹੈਗਾ। ਸਾਡੇ ਵਿੱਤ ਮੰਤਰੀ ਸਾਹਿਬ ਜਿਹੜੇ ਸੀਤਾਰਮਨ ਨੇ, ਨਿਰਮਲਾ ਸੀਤਾਰਮਨ ਨੇ, ਉਹਨਾਂ ਨੇ ਐਤਕੀ ਬਜਟ ਦੇ ਵਿੱਚ ਇਹ ਗੱਲ ਕਹੀ ਆ ਇਜਲਾਸ ਦੇ ਵਿੱਚ ਵੀ ਜਿਹੜੇ ਗਰੀਬ ਕੈਦੀ ਆ ਉਹਨਾਂ ਦੇ ਜੁਰਮਾਨੇ ਜਿਹੜੀ ਆ ਉਹ ਸਰਕਾਰ ਸਰਕਾਰੀ ਫੰਡ ਚੋਂ ਭਰੇਗੀ। ਉਹਨਾਂ ਦੀਆਂ ਜ਼ਮਾਨਤਾਂ ਵੀ, ਜਿਹਨਾਂ ਦੀਆਂ ਜ਼ਮਾਨਤਾਂ ਡਿਊ ਦੇ ਜ਼ਮਾਨਤ ਤੋਂ ਆਈਆਂ ਲੇਕਿਨ ਭਰੀਆਂ ਨਹੀਂ ਗਈਆਂ, ਉਹਨਾਂ ਨੂੰ ਜ਼ਮਾਨਤਾਂ ਵੀ ਦਵਾਊਗੀ, ਉਹਨਾਂ ਉਹ ਵੀ ਜਿਹੜੀ ਸਰਕਾਰ ਆਪਣੇ ਲੈਵਲ ਤੇ ਕਰੂਗੀ। ਚੰਗੀ ਗੱਲ, ਚੰਗੀ ਫਿਰ। ਇਹਦੀ ਪੁਸ਼ਟੀ ਪ੍ਰਧਾਨ ਮੰਤਰੀ ਸਾਹਿਬ ਨੇ ਕਰ ਦਿੱਤੀ ਵੀ ਅਸੀਂ ਇਸ ਤਰ੍ਹਾਂ ਕਰ ਰਹੇ, ਇਹਦੇ 2 ਕੰਮ ਹੋਣਗੇ। ਇੱਕ ਤੇ ਜਿਹਨਾਂ ਨਾਲ ਗਰੀਬੀ ਕਰਕੇ ਬੇਇਨਸਾਫੀ ਹੋ ਰਹੀ ਉਹ ਜੇਲ੍ਹਾਂ ਦੇ ਅੰਦਰ ਡੱਕੇ ਪਏ ਨੇ, ਉਹਨਾਂ ਨੂੰ ਨਜਾਤ ਮਿਲੇਗੀ। ਦੂਸਰਾ, ਜੇਲ੍ਹ ਦਾ ਖਰਚਾ ਘਟੇਗਾ। ਤੀਸਰਾ, ਜਿਹੜੀਆਂ ਓਵਰ ਕਰਾਊਡਡ ਜੇਲ੍ਹਾਂ ਹੋਈਆਂ ਪਈਆਂ ਉਹਨਾਂ ਦੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਜਿਹੜੀ ਸੀ ਸੁੱਧ ਬੁੱਧ ਹੋਣ ਆਊਗੀ। ਹੁਣ ਇਹਨਾਂ ਨੇ ਕਿਹਾ ਸੀ, ਤੁਹਾਨੂੰ ਪਤਾ ਹੋਏਗਾ ਨਾਰਵੇ ਦੀ ਇੱਕ ਜੇਲ੍ਹ 1852 ਚ ਬਣੀ ਸੀ ਤੇ ਉੱਥੇ ਜੇਲ੍ਹ ਨੂੰ ਫਿੰਗਲ ਕਹਿੰਦੇ, ਫਿੰਗਲ ਉਹ ਜਿਹੜੀ ਜੇਲ੍ਹ ਆ ਉਹ ਉਸ ਵੇਲੇ ਜਿਹੜੀ ਰਾਜਧਾਨੀ ਹੈ ਨਾਰਵੇ ਦੀ ਉਹਦੇ ਬਿਲਕੁਲ ਸ਼ਹਿਰ ਦੇ ਵਿਚਕਾਰ। ਉਹ ਜੇਲ੍ਹ ਦੇ ਅੱਗੇ ਕੋਈ ਲੋਕ ਆਉਂਦੇ ਨੇ, ਉਹ ਜਾਂਦੇ ਨੇ, ਗੱਡੀਆਂ ਖੜਦੀਆਂ ਨੇ, ਅੰਦਰੋਂ ਕੈਦੀਆਂ ਨੂੰ ਸਭ ਕੁਛ ਦਿਸਦਾ। ਸਭ ਤੋਂ ਵੱਡੀ ਗੱਲ ਵੀ ਉੱਥੇ 125 ਕੈਦੀ ਆ ਤੇ ਕੇਅਰ ਟੇਕਰ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਗਿਣਤੀ 108। ਸਾਡੇ ਇੱਥੇ ਜੇਲ੍ਹ ਦੀ ਜਿਹੜੇ ਕੈਦੀ ਆ ਉਹਨਾਂ ਦੀ ਗਿਣਤੀ 3,000 ਹੁੰਦੀ ਆ ਤੇ ਮੁਲਾਜ਼ਮ ਸਿਰਫ 30 ਹੁੰਦੇ। ਕਿੱਥੇ 125 ਦੇ ਪਿੱਛੇ 108 ਮੁਲਾਜ਼ਮ ਤੇ ਉਹਨਾਂ ਦੇ 11 ਯੂਨਿਟ ਨੇ, ਇੱਕ ਡਰੱਗ ਯੂਨਿਟ ਵੱਖਰਾ ਬਣਾਇਆ ਤੇ ਸਾਡੀ ਸਰਕਾਰ ਸੁਪਨੇ ਲੈ ਰਹੀ ਆ ਵੀ ਉਸ ਤੇ ਪੈਟਰਨ ਤੇ ਅਸੀਂ ਕਰੀਏ। ਬਹੁਤ ਚੰਗੀ ਗੱਲ ਆ ਜੇ ਇਸ ਪੈਟਰਨ ਤੇ ਚਲੋ ਕਰੋਗੇ ਤੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੂਗਾ ਤੇ ਜਿਹੜੇ ਅੰਦਰ ਕ੍ਰਾਈਮ ਹੋ ਰਿਹਾ ਉਹ ਵੀ ਘਟੂਗਾ। ਅੱਜ ਦੀ ਡੇਟ ਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜਾ ਨਸ਼ਾ ਤੁਹਾਨੂੰ ਬਾਹਰੋਂ ਨਹੀਂ ਮਿਲਦਾ, ਤੁਸੀਂ ਪੈਸੇ ਖਰਚ ਕਰੋ, ਤੁਹਾਨੂੰ ਆਰਾਮ ਨਾਲ ਜੇਲ੍ਹ ਚ ਮਿਲ ਜਾਊਗਾ। ਅੱਜ ਗੈਂਗਸ ਜਿਹੜੇ ਅੰਦਰ ਬੈਠੇ ਆ, ਜਿਹੜਾ ਇੱਕ ਗੱਠਜੁੜ ਬਣ ਗਿਆ, ਜਿਹਨੂੰ ਸਾਡੇ DGP ਸਾਹਿਬ ਗੌਰਵ ਜਾਦਵ ਦਾ ਕੱਲ ਬਿਆਨ ਸੀਗਾ ਵੀ ਇਹਨੂੰ ਅਸੀਂ ਬਕਾਇਦਾ ਤੌਰ ਤੇ ਖਤਮ ਕਰਾਂਗੇ। ਪਹਿਲਾਂ ਗੈਂਗਸ ਸੀਗੇ, ਗੈਂਗਸਟਰਾਂ ਦੇ ਸਮਗਲਰਾਂ ਦਾ ਗੱਠਜੁੜ ਹੋਇਆ। ਹੁਣ ਬਦਕਿਸਮਤੀ ਇਹ ਆ ਵੀ ਅੱਤਵਾਦੀ ਵੱਖਵਾਦੀ ਜਿਹੜੀ ਜਥੇਬੰਦੀਆਂ ਉਹ ਵੀ ਇਹਨਾਂ ਚ ਰਲ ਗਈਆਂ। ਇਹ ਸਰਕਾਰ ਦੇ ਲਈ ਚਿੰਤਾ ਦਾ ਵਿਸ਼ਾ ਉਹ ਤੇ ਸਿਰਦਰਦੀ ਬਣੇਗਾ। ਇਸ ਕਰਕੇ ਸਰਕਾਰ ਜਿੱਥੇ ਉਸ ਪਾਸੇ ਧਿਆਨ ਦੇ ਰਹੀ ਹੈ। ਨਾਲ ਸਰਕਾਰ ਨੇ ਇੰਨੀ ਗੱਲ ਕਹੀ ਪੁਲਿਸ ਨੂੰ, ਭਾਈ ਇਹਦੀ ਵੱਡਾ ਕ੍ਰਾਈਮ, ਛੋਟਾ ਕ੍ਰਾਈਮ ਜਿਹੜਾ ਕੋਈ ਹੁੰਦਾ ਕੋਈ ਖੋਹ ਹੋ ਗਈ ਦੂਜਾ ਸਿੰਘ ਉਹਦੇ ਵੱਲ ਵੀ ਪੂਰਾ ਧਿਆਨ ਦਿੱਤਾ ਜਾਵੇ, ਉਹ ਵੀ ਤਰਦਰ ਕੀਤਾ ਜਾਵੇ, ਜਿਹੜਾ ਮਾੜਾ ਅਨਸਰ ਉਹਨੂੰ ਕਾਨੂੰਨ ਦੇ ਹਵਾਲੇ ਕੀਤਾ ਜਾਵੇ। ਹੁਣ ਆਉਣ ਵਾਲੇ ਸਮੇਂ ਚ ਇਹ ਬਿਆਨ ਹੀ ਰਹਿੰਦੇ ਆ ਜਾਂ ਕੋਈ ਅਮਲੀ ਜਮਾ ਪਾਇਆ ਜਾਂਦਾ ਇਹ ਤਾਂ ਸਮਾਂ ਦੱਸੂਗਾ।
लेकिन सरकार दे इस फैसले का आप स्वागत करते हैं। तुसी नार्वे की राजधानी ओस्लो की जेल की गल कर दी जो फिंगल कहते हैं, जे उस पैटर्न से जेल बना सकते हो तो बहुत वधिया जी। जी बिल्कुल, और दूजी गल ते चलदे जी, वैसे इत्थे ते जेलां नूं करेक्शनल यूनिट्स वी कहिंदे ने, आई थिंक इंडिया दे विच कोई सुधार गृह कहा जांदा, राइट, जेलां नूं। वेखो जदों अकाली एमरजेंसी लगी सी ते जेलां दे विच पक्खे भी नहीं सी हुंदे, जदों अकालियां नूं मुश्किल आई कि असीं मोर्चे भी लाउणे आ ते जेलां भी कटणियां वा, इन्हां दी सरकार जदों 1977 च बणदी है ते सब तो पहला काम इह जेलां च पक्खे लवा दिंदे भी सानूं घट्टो घट्ट इह गर्मी घट लगे जी। उदों इन्हां ने जेल नूं सुधार करना लिखिया सीगा, लेकिन अज सुधार करनी अज विगाड़ घर बन गया वा। मैं तुहानूं पहला ही कह चुका भी जिहड़े गैंगस्ट आ जी, वो अपनियां गैंगां नूं ओपरेट जेलां च मोबाइल राहीं कर रहे ने जी, बिल्कुल सोशल मीडिया राहीं कर रहे ने, लेकिन सरकारा बेबस नजर आ रही है जी। जी अगले सवाल से चलते हैं जी, कि हाई कोर्ट विच सील बंद जड़ी पईयां नशा तस्करी वालियां रिपोर्टां नहीं खुलियां, की कहना चाहोगे उहदे तहत? वेखो नशा तस्करी वालियां रिपोर्टां वो खुलियां नहीं ते खुलण दी हाल दी कड़ी आस भी नहीं है। जिहड़े जेलां दे साबका डीजीपी शशिकांत सीगे, उन्होंने जेलां की हालत बारे ते पंजाब दे विच जिहड़े नशे उन्हां बारे जी उन्हां दा संज्ञान लैंदिआं 2003 विच इक जनहित पटीशन जिहड़ी दायर कीती सी, इहदे ते बकायदा तौर ते जिहड़ी सी सुनवाई कीती हाई कोर्ट ने, ते इह मानव अधिकार संस्था वल्लों कीती गई सी नाल, जिहदे विच एडवोकेट नवकिरण सिंह भी शामिल सन। हुण ਇਹਦੇ ਉੱਤੇ ਕਾਰਵਾਈ ਕਰਦਿਆਂ ਮੰਗ ਕੀਤੀ ਗਈ, ਕਾਰਵਾਈ ਕਰਨ ਦੀ ਉਹਨਾਂ ਨੇ ਵੀ ਇਹ ਜਿਹੜੇ ਨਸ਼ੇ ਨੇ ਬਹੁਤ ਵੱਧ ਗਏ, ਉਹਦੇ ਵਿੱਚ ਇੱਕ ਐਸਟੀਐਫ ਬਣਾਈ ਸੀ ਹਾਈ ਕੋਰਟ ਜੀ, ਐਸਟੀਐਫ ਬਣਾਈ ਸੀ ਹਰਪ੍ਰੀਤ ਸਿੰਘ ਸਿੱਧੂ ਦੇ, ਤੇ ਸਿੱਧੂ ਨੇ ਜਦੋਂ ਇੱਕ ਇੰਦਰਜੀਤ ਸਿੰਘ ਨਾਂ ਦਾ ਇੰਸਪੈਕਟਰ ਫੜ ਕੇ ਅੰਦਰ ਦਿੱਤਾ ਤੇ ਐਸਐਸਪੀ ਮੋਕਾ ਜਾਂ ਰਾਜਦੀਪ ਸਿੰਘ ਸੀਗਾ, ਉਹਨੇ ਇੱਕ ਐਪਲੀਕੇਸ਼ਨ ਦਿੱਤੀ ਵੀ ਜਿਹੜਾ ਇਹ ਮੇਰੇ ਮਤਭੇਦ ਹਰਪ੍ਰੀਤ ਨੇ ਹੈਗੇ ਤੇ ਮੈਨੂੰ ਇਹਦੇ ਤੋਂ ਪਾਰਦਰਸ਼ੀ ਇਨਕੁਆਇਰੀ ਦੀ ਆਸ ਨਹੀਂ। ਉਸ ਟਾਈਮ ਤੇ ਹਾਈ ਕੋਰਟ ਨੇ ਇੱਕ ਫਿਰ ਸਿੱਟ ਬਣਾ ਦਿੱਤੀ ਸੀ ਜੀ, ਸਾਬਕਾ ਡੀਜੀਪੀ ਚੱਟੋਪਾਧਿਆ, ਇੱਕ ਮੇਖਾ ਪ੍ਰਮੋਦ ਬਾਨ ਤੇ ਇੱਕ ਕੁੰਵਰ ਵਿਜੇ ਪ੍ਰਤਾਪ, ਇਹ ਤਿੰਨਾਂ ਦੀ ਇਹਨਾਂ ਨੇ ਇੱਕ ਸਿੱਟ ਬਣਾ ਦਿੱਤੀ। ਇਹ ਸਿੱਟ ਨੇ ਆਪਣੀ ਰਿਪੋਰਟ ਜਿਹੜੀ ਇਨਵੈਸਟੀਗੇਸ਼ਨ ਕੀਤੀ, ਪ੍ਰਮੋਦ ਕੁਮਾਰ ਸੀ ਸੋਰੀ ਨਾ ਉਹਨਾਂ ਦਾ, ਜਿਹੜੀ ਇਹਨਾਂ ਆਪਣੀ ਰਿਪੋਰਟ ਦਿੱਤੀ, ਇਹ ਤਿੰਨ ਰਿਪੋਰਟਾਂ ਸਬਮਿਟ ਕੀਤੀਆਂ। 1 ਫਰਵਰੀ 2018 ਨੂੰ ਪਹਿਲੀ ਰਿਪੋਰਟ ਸਬਮਿਟ ਕੀਤੀ, ਇਹਨਾਂ ਦੱਸਿਆ ਵੀ ਹਾਲਾਤ ਕੀ ਨੇ ਜੀ। ਦੂਜੀ ਰਿਪੋਰਟ ਕੀਤੀ 15 ਮਾਰਚ 2018 ਨੂੰ, ਤੀਜੀ ਕੀਤੀ 8 ਮਈ 2018 ਨੂੰ, ਇਹ ਹਾਈਕੋਰਟ ਸੀਲਬੰਦ ਲਿਫਾਵੇ ਵਿੱਚ ਦਿੱਤੇ ਗਏ ਸੀ। ਉਸ ਤੋਂ ਇਲਾਵਾ ਇੱਕ ਲੈਟਰ ਜਿਹੜੀ ਸੀ ਉਹ ਬਕਾਇਦਾ ਤੌਰ ਤੇ ਸਾਡੇ ਡੀਜੀਪੀ ਛਤਾਬ ਚਤੋਪਾਧਿਆ ਨੇ ਜਿਹੜੀ ਸੀ ਉਹ ਡੀਜੀਪੀ ਨੂੰ ਵੱਖਰੇ ਤੌਰ ਦਿੱਤੀ, ਜਿਹਦੇ ਇਕੱਲੇ ਸਾਈਨ, ਬਾਕੀ ਦੇ ਸਾਈਨ ਉੱਤੇ ਆ ਗਿਆ। ਹੁਣ ਇਹ ਜਦੋਂ ਰਿਪੋਰਟਾਂ ਗਈਆਂ ਅੰਦਰ ਤੇ ਇਹ ਰਿਪੋਰਟਾਂ ਉੱਥੇ ਬੰਦ ਪਈਆਂ ਰਹੀਆਂ, ਕਹਿੰਦੇ ਆ, ਮੈਂ ਨੀ ਕਹਿ ਰਿਹਾ, ਸੁਣ ਚ ਆਇਆ ਬਲਵਿੰਦਰ ਸਿੰਘ ਸੇਖੋਂ ਜਿਹੜੇ ਕੱਲ ਗਏ ਸੀਗੇ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਝਾੜ ਪਾਈ ਸੀ ਵੀ ਭਾਈ ਆਹ ਨੋਟਿਸ ਦਾ ਜਵਾਬ ਦੇ, ਉਹ ਕਹਿੰਦਾ ਮੈਨੂੰ ਜੇਲ੍ਹ ਭੇਜ ਦਿਓ, ਜੇ ਮੈਂ ਤੁਹਾਡੇ ਖਿਲਾਫ਼ ਕੋਈ ਗਲਤ ਗੱਲ ਕਹੀ ਤਾਂ ਜੇਲ੍ਹ ਭੇਜ ਦਿਓ ਮੈਨੂੰ। ਉਹ ਕਹਿੰਦੇ ਜੇਲ੍ਹ ਦੀ ਗੱਲ ਬਾਅਦ ਚ, ਪਹਿਲਾਂ ਤੂੰ ਨੋਟਿਸ ਦਾ ਜਵਾਬ ਦੇ। ਉਹ ਨੋਟਿਸ ਦਾ ਜਵਾਬ ਦਿੰਦਾ ਨੀ ਦਿੰਦਾ ਤੇ ਬਾਅਦ ਦੀ ਅਗਲੀ ਗੱਲ ਆ, ਲੇਕਿਨ ਜਿੰਨਾ ਕੁ ਬੋਲਡ ਹੋ ਕੇ ਉਹ ਬੋਲਦਾ ਵਾ ਕਿਸੇ ਨੂੰ ਨੀ ਬਖਸ਼ਦਾ, ਇਹ ਵੀ ਨਾਲ ਕਹਿੰਦਾ ਵਾ ਮੈਂ ਵੀ ਕੋਈ ਦੁੱਧ ਧੋਤਾ ਨਹੀਂ। ਉਹਨੇ ਪਹਿਲਾਂ ਕਿਹਾ ਸੀ ਇੱਕ ਯੂਟਿਊਬ ਚੈਨਲ ਨਾਲ ਗੱਲ ਕਰਦੇ ਆ ਵੀ ਮੈਂ ਜੇਲ੍ਹ ਜਾਣ ਲਈ ਤਿਆਰ ਹਾਂ, ਕੱਲ ਆਪ ਹੀ ਕਹਿਤਾ ਮੈਂ ਜੇਲ੍ਹ ਭੇਜ ਦਿਓ। ਹੁਣ ਇਹ ਤਿੰਨ ਰਿਪੋਰਟਾਂ ਕੱਲ ਖੁੱਲਣੀਆਂ ਸੀ, ਇਹ ਰਿਪੋਰਟਾਂ ਕਰਕੇ ਜਿਹੜਾ ਸੀ ਉਹ ਉੱਥੇ ਗਿਆ ਸੀਗਾ ਹਾਈਕੋਰਟ ਦੇ ਵਿੱਚ। ਹੁਣ ਇਹ ਰਿਪੋਰਟਾਂ ਜਿਹੜੇ ਸਰਬਜੀਤ ਸਿੰਘ AIG ਸੀਗੇ ਉਹ ਪੇਸ਼ ਹੋਏ ਨੇ ਵਿਜੀਲੈਂਸ ਵੱਲੋਂ, ਉਹਨਾਂ ਕਿਹਾ ਜੀ ਸਰਕਾਰ ਬਿਲਕੁਲ ਤਿਆਰ ਆ ਕਾਰਵਾਈ ਕਰਨ ਵਾਲਾ ਜਿਹੜੇ ਮਰਜ਼ੀ ਹੋ। ਜਦੋਂ ਉਹਨਾਂ ਨੇ ਇੰਨੀ ਗੱਲ ਕਹਿਤੀ ਕਿ ਸਰਕਾਰ ਬਿਲਕੁਲ ਤਿਆਰ ਆ,
ਹੁਣ ਸਰਕਾਰ ਜੇ ਤਿਆਰ ਹੈ ਤੇ ਫਿਰ ਠੀਕ ਆ। ਉਹਦੇ ਵਿੱਚ ਚੀਮਾ ਸਾਹਿਬ ਵਕੀਲ ਸੀ, ਉਹਨਾਂ ਦੀ ਮਾਤਾ ਦੀ ਡੈਥ ਹੋਣ ਕਰਕੇ ਉਹ ਨਹੀਂ ਪੇਸ਼ ਹੋ ਸਕੇ, ਬਾਕੀ ਵਕੀਲ ਵੀ ਨਹੀਂ ਪੇਸ਼ ਹੋਏ ਤੇ ਜਿਹਦੇ ਕਰਕੇ ਉਹ ਸੁਣਵਾਈ ਪ੍ਰੋਪਰ ਨਹੀਂ ਹੋ ਸਕੀ। ਤੇ ਹੁਣ ਹਾਈ ਕੋਰਟ ਨੇ ਇਹਦੀ ਅਗਲੀ ਸੁਣਵਾਈ 28 ਮਾਰਚ ਤੇ ਪਾਤੀ ਆ। 28 ਮਾਰਚ ਨੂੰ ਜੇ ਰਿਪੋਰਟਾਂ ਖੁੱਲਦੀਆਂ ਵਾ ਤੇ ਵਿੱਚੋਂ ਫਨੀਅਰ ਸੱਪ ਨਿਕਲਣ ਦੀ ਆਸ ਚ ਹੈਗੀ ਹੈ ਜੀ। ਕਾਲਰਸ ਦੀ ਕਾਲ ਲੈਂਦੇ ਆਉਂਦੀ ਹੈ, ਦੋ ਕਾਲਰਸ ਕਾਲ ਫਲੈਸ਼ ਕਰੀ ਜੀ। ਸਤਿ ਸ੍ਰੀ ਅਕਾਲ ਕਾਲਰ ਜੀ, ਤੁਸੀਂ ਐਡ ਤੇ ਹੋ? ਸਤਿ ਸ੍ਰੀ ਅਕਾਲ ਜੀ। ਹਾਂਜੀ, ਕੀ ਸਵਾਲ? ਭੱਟੀ ਸਾਹਿਬ ਜਿਹੜੀ ਜੇਲਾਂ ਦੀ ਗੱਲ ਦੱਸਦੇ ਨਾ, ਜਿੱਦਾਂ ਬਾਹਰਲੀਆਂ ਕੰਟਰੀਆਂ ਹੀ ਹੁੰਦਾ, ਉਹ ਛੋਟੇ ਮੋਟੇ ਜਿਹੜੇ ਜੁਰਮ ਹੁੰਦੇ ਆ ਉਹ ਜਿੱਦਾਂ 3 ਆਪਸ਼ਨਲ ਹੁੰਦੀਆਂ ਵੀ ਜਾਂ ਇੰਨੀ ਸਜ਼ਾ ਕੱਟ ਲਓ, ਜਾਂ ਇੰਨਾ ਫਾਈਨ ਦੇ ਦਿਓ, ਨਹੀਂ ਤਾਂ ਸਫਾਈ ਕਰਾ ਲੈਂਦੇ ਸ਼ਹਿਰ ਦੀ। ਜਾਂ ਉੱਥੇ ਵੀ 3 ਆਪਸ਼ਨਲ ਰੱਖਦੇ ਨੇ, ਮਾੜੇ ਮੋਟਿਆਂ ਜੇਲਾਂ ਭਰਨ ਦੀ ਲੋੜ ਨੀ ਉੱਥੇ। ਬਸ ਇੰਨਾ ਹੀ ਦੱਸਣਾ ਜੀ ਆਪਣੇ ਭੱਟੀ ਸਾਹਿਬ ਸਾਹਿਬ ਦਾ ਜੀ। ਥੈਂਕ ਯੂ ਜੀ, ਅਗਲੀ ਕਾਲ ਤੇ ਚੱਲਦੇ, ਤੁਹਾਡੇ ਵਿਚਾਰ। ਥੈਂਕ ਯੂ, ਤੁਸੀਂ ਏਅਰ ਤੇ ਆਏ, ਲੈਂਦੇ ਆ ਨੈਕਸਟ ਕਾਲ। ਕਾਲਰ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਹਾਂਜੀ ਜੀ, ਭੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਭੱਟੀ ਸਾਹਿਬ, ਜਿਹੜਾ ਇੱਕ ਮਾਮਲਾ ਸਿਮਰਨਜੋਤ ਮੱਕੜ ਹੋਣਾ ਨੇ ਚੁੱਕਿਆ ਸੀ, ਜਿਹੜਾ ਜਿਹਦੇ ਜਿਹਦੇ ਕਰਕੇ ਉਹਨਾਂ ਦੇ ਕੇਸ ਹੋਇਆ ਸੀ ਪਾਸਪੋਰਟ ਐਕਟ ਦਾ, ਉਹ ਬਾਅਦ ਚੋਂ ਕਦੀ ਗੱਲ ਉੱਭਰੀ ਨੀ ਵੀ ਉਹਨਾਂ ਦੇ ਕੇਸ ਦਾ ਕੀ ਬਣਿਆ ਜਾਂ ਉਹ ਮਾਮਲੇ ਦਾ ਕੀ ਬਣਿਆ ਤੇ ਕੀ ਗੱਲ ਰਫਾ ਦਫਾ ਹੋ ਗਿਆ ਜਾਂ ਕੋਈ ਹੋ ਗਈ ਇਹ ਗੱਲ ਵੀ ਆਪਸ ਚ ਇਹਨਾਂ ਦੀ ਸਾਂਝ ਹੋ ਗਈ ਕੋਈ ਇਹਨਾਂ ਦੀ ਸਰਕਾਰ ਦੀ ਜਾਂ ਉਹਨਾਂ ਦੀ ਪੱਤਰਕਾਰ ਉਹਨਾਂ ਦੀ, ਉਹਦੇ ਬਾਰੇ ਦੱਸਿਓ। ਉਹ ਮੱਕੜ ਵਾਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਪਟਿਆਲੇ ਵਾਲੀ? ਹਾਂਜੀ ਹਾਂਜੀ ਹਾਂਜੀ, ਜਿਹੜਾ ਪਾਸਪੋਰਟ ਐਕਟ ਦੇ ਵਿੱਚ ਨਹੀਂ, ਉਹ ਕੇਸ ਸੀ, ਉਹ ਕੇਸ ਹੀ ਗਲਤ ਦਾਇਰ ਕੀਤਾ ਸੀ ਕਿਉਂਕਿ ਮੱਕੜ ਦੇ ਖਿਲਾਫ ਇਸ ਕਰਕੇ ਤੇਜ਼ ਕੀਤਾ ਕਿ ਉਹ ਸਰਕਾਰ ਦੇ ਖਿਲਾਫ ਬੋਲਦਾ ਬਹੁਤ ਸੀ। ਹਾਂਜੀ, ਉਹ ਫਿਰ ਬਾਅਦ ਦੇ ਵਿੱਚ ਪੱਤਰਕਾਰਾਂ ਨੇ ਰੌਲਾ ਪਾਇਆ ਵੀ ਅਸੀਂ ਜਾਇਜ਼ਤੀ ਬਰਦਾਸ਼ਤ ਨਹੀਂ ਕਰਾਂਗੇ, ਫਿਰ ਸਰਕਾਰ ਚੁੱਪ ਕਰ ਗਈ। ਹਜੇ ਅਜੇ ਵੀ ਉਹਨਾਂ ਦੇ ਕੇਸ ਨਾ ਬੋਲਦਾ ਜਾਂ ਕਿੱਦਾਂ ਫਤਾਵਾ ਹੋ ਗਿਆ ਕੇਸ? ਉਹ ਨਹੀਂ, ਕੇਸ ਤੇ ਬੋਲਦਾ ਜੀ, ਸਰਕਾਰ ਚੁੱਪ ਕਰ ਗਈ ਸੀ, ਆਉਣ ਵਾਲੇ ਸਮੇਂ ਚ ਇਨਕੁਆਇਰੀ ਕਰਕੇ ਖਾਰਜ ਕਰ ਦੇਣਗੇ ਕੋਈ ਗੱਲ। ਪਰ ਜਿਹੜਾ ਉਹਨਾਂ ਨੇ ਮਾਮਲਾ ਚੁੱਕਿਆ ਸੀ ਉਹਦੇ ਉੱਤੇ, ਉਹ ਜਿਹਦੇ ਕਰਕੇ ਉਹਨਾਂ ਦੇ ਕੇਸ ਦਰਜ ਆਏ, ਉਹਦਾ ਕੀ ਬਣਿਆ ਫਿਰ? ਕੁਛ ਨੀ ਬਣਿਆ ਜੀ। ਵੇਖੋ ਪਤਾ ਚੱਕਰ ਕੀ ਆ, ਮੈਂ ਪੱਤਰਕਾਰ ਯੂਨੀਅਨ ਦਾ ਲੀਡਰ ਆ ਪਿਛਲੇ 21 ਸਾਲ ਤੋਂ। ਹਾਂਜੀ, ਲੇਕਿਨ ਪੱਤਰਕਾਰ ਸਾਥ ਨੀ ਦੇ ਜਦੋਂ ਭੀੜ ਬਣ ਜਾਂਦੀ, ਬਿਲਕੁਲ ਸਾਥ ਨੀ ਦਿੰਦੇ। ਕੁਛ ਪੱਤਰਕਾਰ ਚੰਦ ਹੋ ਜਿਹੜੇ ਖਲੋਂਦੇ ਆ, ਬਹੁਤੇ ਤੇ ਅਦਾਰੇ ਕਹਿ ਦਿੰਦੇ ਆ, ਵੇਖੋ ਜਿਵੇਂ ਅਜੀਤ ਦੀ ਤੇ ਪੰਜਾਬ ਤੁਸੀਂ ਜਗਬਣ ਦੀ ਆਪਸ ਵਿੱਚ ਲਗਤ ਬਾਜੀ ਹੈ, ਜੇ ਅਜੀਤ ਦੇ ਪੱਤਰਕਾਰ ਤੇ ਭੀੜ ਬਣ ਗਈ ਤੇ ਉਹਨਾਂ ਜਗਬਾਣੀ ਨੂੰ ਕਹਿ ਦੇਣਾ ਭਾਈ ਤੁਸੀਂ ਸਾਥ ਬਿਲਕੁਲ ਨੀ ਦੇਣਾ, ਜੇ ਜਗਬਾਣੀ ਤੇ ਬਣ ਗਈ ਤੇ ਉਹਨਾਂ ਅਜੀਤ ਵਾਲਿਆਂ ਨੇ ਕਹਿ ਦੇਣਾ ਤੁਸੀਂ ਬਿਲਕੁਲ ਸਾਥ ਨੀ ਦੇਣਾ, ਤੇ ਫਿਰ ਕੰਮ ਕਿਵੇਂ ਚੱਲੂਗਾ? ਇਹ ਤੇ ਸਿਰਫ ਜਿਹੜੇ ਯੂਟਿਊਬ ਚੈਨਲ ਵਾਲੇ ਪੱਤਰਕਾਰ ਆ ਗਏ ਆ ਨਾ, ਉਹਨਾਂ ਦੀ ਬਦੌਲਤ ਹਾਲ ਦੀ ਘੜੀ ਜਿਹੜੀ ਆ ਇਹ ਕਾਰਵਾਈ ਰੁਕੀ ਆ, ਖਤਮ ਨੀ ਅਜੇ ਹੋਈ ਜੀ। ਉਹ ਵੀ ਫਿਰ ਡਰਦੇ ਮੇਰੇ ਚੁੱਪ ਕਰਕੇ, ਭਾਈ ਮੈਂ ਕਿਉਂ ਕਾਹਨੂੰ ਪੰਗਾ ਲੈਣਾ ਜ਼ਿਆਦਾ, ਵੀ ਮੇਰੇ ਵੀ ਨਿੱਕੇ ਨਿੱਕੇ ਬੱਚੇ ਹੈਗੇ ਨੇ। ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਭੱਜੀ ਸਾਹਿਬ ਜੀ, ਅਗਲੀ ਸਵਾਲ ਤੇ ਚੱਲਦੇ ਹਾਂ ਕਿ ਪੰਜਾਬ ਮਹਿਲਾ ਕਮਿਸ਼ਨਰ ਦੀ ਜਿਹੜੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਖਬਰਾਂ 'ਚ ਹੋਏਗਾ ਕਿ ਉਹਨਾਂ ਦੇ ਜਿਹੜੇ ਆਪਣੇ ਅਹੁਦੇ ਤੋਂ ਹਟਾਉਣ ਦੇ ਹੁਕਮ ਸੀ ਉਹ ਸਰਕਾਰ ਨੇ ਵਾਪਸ ਲੈ ਲੈਣੇ, ਕੀ ਕਹਿਣਾ ਚਾਹੋਗੇ? ਵੇਖੋ, ਮਨੀਸ਼ਾ ਗੁਲਾਟੀ ਨੂੰ ਜਦੋਂ ਸਰਕਾਰ ਜਾਂਦੀ ਜਾਂਦੀ ਜਿਹੜੀ ਸੀ ਕਾਂਗਰਸ ਸਰਕਾਰ, ਉਹਨਾਂ ਦੇ ਟੈਨਿਓਰ ਦੇ ਵਿੱਚ 3 ਸਾਲ ਦਾ ਵਾਧਾ ਕਰਦੀ, ਇਹਨਾਂ ਨੇ ਹੱਥ ਦਾ ਕੜਾ ਛੱਡ ਕੇ ਜਿਹੜਾ ਸੀਗਾ ਝਾੜੂ ਵੀ ਫੜ ਲਿਆ, ਲੇਕਿਨ ਝਾੜੂ ਫੜਨ ਦੇ ਬਾਵਜੂਦ ਵੀ ਇਹਨਾਂ ਨੂੰ ਇਹਨਾਂ ਵਿਹਲਿਆ ਕਰਤਾ, ਭਾਈ ਤੁਸੀਂ ਇੱਥੇ ਨਹੀਂ ਰਹਿ ਸਕਦੇ। ਉਹਨਾਂ ਨੇ ਫਿਰ ਕਾਨੂੰਨੀ ਤੌਰ ਤੇ ਸਲਾਹ ਲਈ ਤੇ ਕਾਨੂੰਨ ਵਾਲਿਆਂ ਕਿਹਾ ਤੁਸੀਂ ਹਾਈ ਕੋਰਟ ਚਲ ਜਾਓ, ਕਿਉਂ ਜਿਹੜੀ ਤੁਹਾਡਾ ਪੀੜਿਤ ਤੁਹਾਨੂੰ 3 ਸਾਲ ਦਿੱਤਾ, ਤੁਹਾਡੇ ਲਈ ਕੋਈ ਇਲਜ਼ਾਮ ਨੀ, ਕੋਈ ਕਰਪਸ਼ਨ ਦਾ ਨੀ, ਕੋਈ ਕੋਈ ਹੈ ਨੀ ਇਹੋ ਜਿਹਾ, ਤੇ ਤੁਹਾਨੂੰ ਇਹ ਕੱਢ ਨੀ ਸਕਦੇ। ਉਹ ਹਾਈ ਕੋਰਟ ਚਲੇ ਗਏ, ਹਾਈ ਕੋਰਟ ਜਾ ਕੇ ਜਦੋਂ ਉਹਨਾਂ ਨੇ ਬਹਿਸ ਸੁਣੀ, ਬਹਿਸ ਸੁਣਨ ਤੋਂ ਬਾਅਦ ਨਾ ਸਰਕਾਰੀ ਵਕੀਲ ਨੂੰ ਪੁੱਛਿਆ ਭਾਈ ਤੁਸੀਂ ਕੀ ਕਰ ਰਹੇ ਹੋ, ਗਲਤ ਕੰਮ ਤੁਸੀਂ ਕਿਉਂ ਕਰ ਰਹੇ ਹੋ, ਤੇ ਉਹਨਾਂ ਕਿਹਾ ਜੀ ਸਰਕਾਰ ਨੇ ਜਿਹੜੇ ਆਦੇਸ਼ ਜਾਰੀ ਕੀਤੇ ਸੀ ਹਟਾਉਣ ਦੇ ਉਹ ਵਾਪਸ ਲੈ ਲਏ, ਇਸ ਕਰਕੇ ਮਨੀਸ਼ਾ ਗੁਲਾਟੀ ਦੀ ਫਿਰ ਜਿਹੜੀ ਉਹ ਬਕਾਇਦਾ ਤੌਰ ਤੇ ਜਿਹੜੀ ਆ ਉਹ ਆਪਣੀ ਸੇਵਾ ਬਹਾਲ ਹੋ ਗਈ ਆ। ਤੇ ਮਨੀਸ਼ਾ ਗੁਲਾਟੀ ਜਿਹੜੀ ਬੋਲਦੀ ਆ ਉਹ ਬੜੀ ਬੇਬਾਕ ਹੋ ਕੇ ਬੋਲਦੀ ਆ, ਫਿਰ ਪਿੱਛਾ ਭੁੱਖ ਨੀ ਦੇਖਦੀ ਮੈਂ ਕੀ ਕਹਿ ਰਹੀ ਹਾਂ। ਸਿਫਤਾਂ ਵੀ ਮਾਨ ਸਾਹਿਬ ਦੀਆਂ ਕੀਤੀਆਂ ਸੀ, ਕੈਪਟਨ ਸਾਹਿਬ ਦੀਆਂ ਵੀ ਕੀਤੀਆਂ ਸੀਗੀਆਂ, ਚੰਨੀ ਸਾਹਿਬ ਦੀਆਂ ਵੀ ਕੀਤੀਆਂ ਸੀਗੀਆਂ, ਕਈ ਵਾਰੀ ਕਿਸੇ ਦੇ ਖਿਲਾਫ਼ ਬੋਲ ਪਏ, ਇੱਕ ਵਾਰੀ ਤੇ ਮੁੜ ਕੇ ਉਹ ਸੱਤਾ 'ਚ ਆ ਗਿਆ ਤੇ ਫਿਰ ਚੁੱਪ ਕਰਕੇ ਬਹਿ ਗਏ ਵੀ ਚਲੋ ਛੱਡੋ ਪਰਾਂ ਕੀ ਲੈਣਾ। ਲੇਕਿਨ ਮੈਂ ਕਹਿੰਦਾ ਵੀ ਫਿਰ ਵੀ ਆਮ ਨਾਲੋਂ ਉਹ ਬੀਬੀ ਚੰਗੀ ਆ, ਘੱਟੋ ਘੱਟ ਜਾ ਕੇ ਕੋਈ ਐਕਸ਼ਨ ਤੇ ਲੈਂਦੀ ਹੈ,
चिट्ठी भी पाउंदी है जे कितें लोड़ पवे तां मौके ते आप भी पुज जांदी है। जी अगला सवाल पट्टी साहब जी, बेअंत सिंह कदन मामले दे विच जेल विच बंद गुरमीत सिंह नूं मिली हैगी 28 दिन दी पेरोल, की कहना चाहोगे? इसे गुरमीत सिंह बारे आपां कल भी डिस्कस कीता सी कि इहने इक एप्लीकेशन दित्ती सी हाई कोर्ट दे विच मैनूं रिहा कीता जावे, मेरी सजा पूरी हो गई है, ते ओहदे उत्ते जिहड़ी पंजाब सरकार दे इशारिआं ते ਪਟਿਆਲੇ ਦੇ ਡੀਸੀ ਤੇ ਐਸਐਸਪੀ ਨੇ ਲਿਖ ਕੇ ਭੇਜਤਾ ਸੀ ਵੀ ਇਹ ਬੰਦਾ ਖਤਰਨਾਕ ਆ, ਜੇ ਬਾਹਰ ਆ ਗਿਆ ਤੇ ਮਾਹੌਲ ਖਰਾਬ ਹੋ ਸਕਦਾ। ਹੁਣ ਪਟਿਆਲੇ ਦੇ ਵਿੱਚ ਜਿਹੜਾ ਕਾਲੀ ਮੰਦਿਰ ਦੇ ਬਾਅਦ ਜੋ ਕੁਛ ਹੋਇਆ ਸੀਗਾ ਉਸ ਚੀਜ਼ ਨੂੰ ਲੈ ਕੇ ਨਤੀਜਿਆਂ ਤੇ ਬੜਾ ਅਸਰ ਪੈਂਦਾ। ਇਹਨਾਂ ਲੋਕਾਂ ਦੀ ਪਰੌਲ ਉਦੋਂ ਸ਼ੁਰੂ ਹੋਈ ਸੀ ਜਦੋਂ ਪਹਿਲੀ ਵਾਰੀ ਭਾਈ ਗੁਰਬਖਸ਼ ਸਿੰਘ ਨੇ ਚੰਡੀਗੜ੍ਹ ਦੇ ਗੁਰਦੁਆਰਾ ਅੰਮ੍ਰਿਤਸਰ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ। ਉਦੋਂ ਇਹ ਬੰਦੀ ਸਿੰਘ ਰਿਆਤ ਨਹੀਂ ਹੋ ਸਕੇ, ਲੇਕਿਨ ਇਹਨਾਂ ਦੀ ਇਹ ਗੁਰਮੀਤ ਸਿੰਘ ਹੋ ਗਏ, ਸ਼ਮਸ਼ੇਰ ਸਿੰਘ ਹੋ ਗਏ, ਲਖਵਿੰਦਰ ਸਿੰਘ, ਇਹਨਾਂ ਦੀ ਪਰੌਲ ਸ਼ੁਰੂ ਹੋ ਗਈ ਸੀਗੀ। ਜਦੋਂ ਪਿੱਛੇ ਜੇ ਕੋਰੋਨਾ ਪੀਰੀਅਡ ਸੀ ਤੇ ਭਾਈ ਗੁਰਮੀਤ ਸਿੰਘ ਵੱਲੋਂ ਲਗਭਗ 1.5 ਸਾਲ ਪਰੌਲ ਚ ਵਾਧਾ ਕੀਤਾ ਗਿਆ ਸੀ, ਇਹਨਾਂ ਦਾ 2 ਮਹੀਨੇ 3 ਮਹੀਨੇ ਕੱਢ ਹੋਰ ਕਰ ਦਿਓ ਹੋਰ ਕਰ ਦਿਓ, ਕਿਉਂਕਿ ਅੰਦਰ ਜਿਹੜਾ ਸੀ ਉਹ ਜੇਲ੍ਹਾਂ ਦੇ ਵਿੱਚ ਕਹਿੰਦੇ ਸੀ ਕੈਦੀ ਘਟਾਉਣੇ ਘਟਾਉਣੇ ਆ। ਜਿੰਨੇ ਵੀ ਪੁਲਿਸ ਵਾਲੇ ਕੈਦੀ ਸੀਗੇ ਸਾਰਿਆਂ ਨੂੰ ਘਰਾਂ ਨੂੰ ਭੇਜਤਾ ਸੀ ਭਾਈ ਤੁਹਾਡੀ ਪ੍ਰੋਬਲਮ ਮਨਜ਼ੂਰ ਹੈ, ਜਿੰਨੇ ਚਿਰ ਇਹ ਠੀਕ ਨਹੀਂ ਹੋ ਜਾਂਦਾ ਉਹਨਾਂ ਚਿਰ ਫਿਰ ਸੋਚਾਂਗੇ ਬਾਅਦ ਠੀਕ ਹੋਊਗਾ ਮਾਹੌਲ। ਉਦੋਂ 1.5 ਸਾਲ ਰਹੇ ਸੀ ਤੇ ਉਹ ਵੀ ਇੱਕ ਕਾਊਂਟ ਕਰਦਾ ਵੀ ਜੇ 1.5 ਸਾਲ ਦੇ ਵਿੱਚ ਬੰਦੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਤਾਂ ਉੱਤੇ ਤੁਸੀਂ ਇਲਜ਼ਾਮ ਕਿਉਂ ਲਾ ਰਹੇ ਹੋ? ਲੇਕਿਨ ਫਿਰ ਵੀ ਜਿਹੜੀ ਉਹਦਾ ਹੱਕ ਬਣਦਾ ਸੀ, ਕਾਨੂੰਨ ਤੌਰ ਤੇ ਹੱਕ ਬਣਦਾ ਸੀ, ਉਹਨੂੰ 28 ਦਿਨ ਦੀ ਪਰੋਲ ਦਿੱਤੀ ਗਈ ਆ। ਉਹ ਜੇਲ੍ਹ ਤੋਂ ਬੜਾ ਜੇਲ ਤੋਂ ਰਾਹ ਹੋਏ ਤੇ ਸਿੱਧੇ ਜਿਹੜੇ ਸੀ ਮੁੜ ਕੇ ਅੰਮ੍ਰਿਤਸਰ ਗੁਰਦੁਆਰਾ ਪੁੱਜੇ ਚੰਡੀਗੜ੍ਹ। ਉੱਥੇ ਉਹਨਾਂ ਦੇ ਰਿਸ਼ਤੇਦਾਰ ਸੀਗੇ, ਉਹਨਾਂ ਸਾਰਿਆਂ ਨੇ ਵੈਲਕਮ ਕੀਤਾ ਤੇ ਕੌਮੀ ਇਨਸਾਫ ਮੋਰਚੇ ਦੇ ਲੀਡਰ ਵੀ ਉੱਥੇ ਪੁੱਜੇ, ਉਹਨਾਂ ਨੇ ਮੈਨੂੰ ਮੁਲਾਕਾਤ ਕੀਤੀ ਤੇ ਉਮੀਦ ਹੈ ਵੀ ਅਗਲੇ ਦਿਨਾਂ 'ਚ ਸ਼ਾਇਦ ਉਹ ਹਮਾਇਤ ਦਾ ਐਲਾਨ ਕਰ ਦੇਣ। ਪਰ ਕੁਝ ਪ੍ਰੋਟੋਕੋਲ ਹੁੰਦਾ ਪੈਰੋਲ ਦਾ, ਜਿਵੇਂ ਕਿ ਗੁਰਦੀਪ ਸਿੰਘ ਖੇੜਾ ਨੇ ਕਿਹਾ ਸੀ। ਹੁਣ ਗੁਰਦੀਪ ਸਿੰਘ ਖੇੜਾ ਨੇ ਪਹਿਲਾਂ ਤੇ ਕਹਿ ਦਿੱਤਾ ਸੀ ਵੀ ਜੋ ਇਹ ਕਰ ਰਹੇ ਗਲਤ ਕਰ ਰਹੇ ਆ, ਕਾਨੂੰਨੀ ਲੜਾਈ ਲੜਨ। ਲੇਕਿਨ ਕੱਲ ਜਿਹੜੇ ਕੌਮੀ ਇਨਸਾਫ ਮੋਰਚੇ ਦੇ ਆਗੂ ਸੀ ਉਹਨਾਂ ਦੇ ਘਰ ਗਏ, ਉਹਨਾਂ ਨਾਲ ਮੁਲਾਕਾਤ ਕੀਤੀ ਤੇ ਫਿਰ ਉਹਨੂੰ ਕਿਹਾ ਜੀ ਮੈਂ ਤੁਹਾਡੀ ਸਪੋਰਟ ਕਰਦਾ। ਇਸੇ ਤਰ੍ਹਾਂ ਹੋ ਸਕਦਾ ਵਾ ਗੁਰਮੀਤ ਸਿੰਘ ਰਵੀ ਇਸ ਗੱਲ ਦੀ ਸਪੋਰਟ ਕਰ ਦੇਣ ਕੌਮੀ ਮੋਰਚੇ ਦੀ। ਜੀ ਅਗਲੇ ਸਵਾਲ ਤੇ ਚਲਦੇ ਹਾਂ ਪੱਟੀ ਸਾਹਿਬ ਜੀ, ਔਰ ਕਿਸੇ ਪਾਰਟੀ ਨੂੰ ਛੱਡ ਕੇ ਕਿਸੇ ਦਲ ਨੂੰ ਛੱਡ ਕੇ ਦੂਜੇ ਦਲ ਨੂੰ ਚਲੇ ਜਾਣਾ, ਉਸ ਤਰਫ ਮੁੜਕਾਣਾ, ਇੱਕ ਤਾਂ ਦੱਸਦਾ ਹੈ ਕਿ ਤੁਸੀਂ ਜਿਹੜੇ ਜਿੱਥੇ ਆਲਰੇਡੀ ਹੈਗੇ ਉੱਥੇ ਤੁਹਾਡਾ ਵਿਸ਼ਵਾਸ ਹਟ ਗਿਆ, ਦੂਜਾ ਉਸ ਪਾਰਟੀ ਦੀ ਜਿੱਥੇ ਜਾ ਰਹੇ ਹੋ ਉੱਥੇ ਕੋਨਫੀਡੈਂਸ ਲੋਕਾਂ ਦਾ ਵੀ ਵੱਧ ਜਾਂਦਾ ਹੈ ਔਰ ਉਹਨਾਂ ਦੀ ਛਵੀ 'ਤੇ ਵੀ ਬਿਹਤਰੀ ਹੋ ਜਾਂਦੀ ਹੈ। ਇਹ ਖਬਰ ਨੂੰ ਕਵਰ ਕਰਦੇ ਅਕਾਲੀ ਦਲ ਬਾਦਲ ਨੂੰ ਜ਼ੋਰਦਾਰ ਝਟਕਾ ਲੱਗਿਆ ਕਿ ਦੋ ਸਾਬਕਾ ਵਿਧਾਇਕ ਉਹਨਾਂ ਦੇ ਬਿਕਮ ਮਜੀਠੀਆ ਅਤੇ ਕੱਟੜ ਵਿਰੋਧੀ ਅਮਰਪਾਲ ਸਿੰਘ ਬੋਨੀ ਨੇ, ਨਾਲ ਇੱਕ ਹੋਰ ਵੀ ਹੈਗੇ ਉਹਨਾਂ ਨੇ, ਅਤੇ ਉਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਹੁਣ ਕੰਵਲ ਦਾ ਫੁੱਲ ਜਾਂ ਅਪਣਾਇਆ, ਕੀ ਕਹਿਣਾ ਚਾਹੋਗੇ? ਵੇਖੋ ਜਿਹੜੇ ਅਮਰਪਾਲ ਸਿੰਘ ਬੋਨੀ ਆ ਜੀ, ਇਹ 2005 ਚ ਲਾਈਵ ਲਾਈਟ ਚ ਆਏ ਸੀਗੇ ਜਦੋਂ ਇਹਨਾਂ ਦੇ ਫਾਦਰ 2004 ਦੇ ਵਿੱਚ ਜਿਹੜੇ ਸੀਗੇ ਇਹ ਵਿਧਾਇਕ ਸਨ ਅਜਨਾਲਾ ਤੋਂ, ਫਾਦਰ ਡਾਕਟਰ ਸਿੰਘ ਅਜਨਾਲਾ। ਇਹਨਾਂ ਨੂੰ ਪਾਰਟੀ ਨੇ 2004 ਚ ਟਿਕਟ ਦੇ ਦਿੱਤੀ ਸੀਗੀ ਜਦੋਂ ਲੋਕ ਸਭਾ ਦੀ ਚੋਣਾਂ ਹੋਈਆਂ ਸੀ, ਤੇ ਤਰਨ ਤਾਰਨ ਤੋਂ ਉਹ MP ਚੁਣੇ ਗਏ ਸੀ। ਉਹਨਾਂ ਦੇ MP ਚੁਣੇ ਜਾਣ ਤੋਂ ਬਾਅਦ ਫਿਰ ਵਿਧਾਨ ਸਭਾ ਦੀ ਸੀਟ ਖਾਲੀ ਹੋ ਗਈ ਸੀ ਤੇ ਫਿਰ ਉਹਨਾਂ ਨੇ ਸੋਚਿਆ ਬਾਹਰ ਕਾਹਨੂੰ ਕਿਸੇ ਨੂੰ ਦੇਣੀ ਆ, ਕੋਈ ਗਰੀਬ ਵਰਕਰ ਨਾ ਲੈ ਜਾਵੇ। ਉਹਨਾਂ ਆਪਣੇ ਬੇਟੇ ਦੇ ਸਿਰ ਤੇ ਆਪਣਾ ਤਾਜ ਰੱਖਤਾ ਸੀ, ਭਾਈ ਤੂੰ ਇਲੈਕਸ਼ਨ ਲੜ। ਉਹ ਉਹਨਾਂ ਦਾ ਬੇਟਾ ਵਾ ਅਮਰਪਾਲ ਸਿੰਘ ਬੋਲੀ, ਉਹਨੇ 2005 ਚ ਇਲੈਕਸ਼ਨ ਲੜੀ ਤੇ ਪੰਜਾਬ ਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ 18,000 ਵੋਟਾਂ ਤੇ ਹਾਰ ਗਿਆ ਸੀ। ਫਿਰ 2007 ਚ ਨੇ ਚੋਣ ਲੜੀ, 2007 ਚ ਚੋਣ ਜਿੱਤ ਗਿਆ ਤੇ ਬਾਦਲ ਸਰਕਾਰ ਬਣੀ ਤੇ ਪਾਰਲੀਮੈਂਟ ਸੈਕਟਰੀ ਵੀ ਜਾਏ। ਫਿਰ 2012 ਚੋਣ ਲੜੀ, ਫਿਰ ਜਿੱਤ ਗਿਆ ਤੇ ਫਿਰ ਵਿਧਾਇਕ ਬਣ ਗਿਆ, ਫਿਰ ਵੀ ਸੈਕਟਰੀ ਸ਼ੁਕਤੀ ਬਣਾਇਆ ਸੀ ਕੁਛ ਨੂੰ। ਤੇ 2017 ਦੇ ਵਿੱਚ ਤੇ 2022 ਦੀਆਂ ਜਿਹੜੀਆਂ ਦੋ ਚੋਣਾਂ ਸੀ, ਮਤਲਬ 5 ਚੋਣਾਂ ਜੋ ਲੜੀਆਂ, 3 ਇਹ ਹਾਰਿਆ ਤੇ 2 ਇਹਨੇ ਜਿੱਤੀਆਂ। ਲੇਕਿਨ ਜਦੋਂ ਦਾ ਮੱਝ ਦਾ ਜਰਨੈਲ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬਣਾਇਆ ਸੀ, ਉਦੋਂ ਤੋਂ ਇਹਨਾਂ ਦੀ ਬਹੁਤੀ ਉਹਨਾਂ ਰਾਸ ਨਹੀਂ ਰਲਦੀ ਸੀ। ਰਾਸ ਨਾਲ ਰਲਣ ਕਰਕੇ ਆਮ ਤੌਰ ਤੇ ਇੱਕ ਦੂਜੇ ਵਿਰੋਧੀ ਬਿਆਨ ਵੀ ਦਿੰਦੇ ਸੀ, ਤੇ ਪਿਛਲੇ ਦਿਨ ਹੋਇਆ ਇੰਜ ਵੀ ਜਿਹੜੇ
सरदार सुखबीर सिंह बादल उन्होंने बोनी अजनाला नूं लांभे करके क्यों जी कि बोनी अजनाला ने एक हाई कोर्ट च पटीशन पाई सी कि मैनू बिक्रमजीत सिंह मजीठिए को खतरा क्यों मेरे खिलाफ एफिडेविट दिता सी नशा स्मगलर मेरी सिक्योरिटी बहाल की जाए तो दस दे करीब मुलाजम सिक्योरिटी से मिले जी नशे की उन्हें पाई सी पटीशन वो हाई कोर्ट चो खारज होगी बिक्रमजीत सिंह खिलाफ हम सुप्रीम कोर्ट च पाने फिर हम पौनी पैगी पाग जाएगी जो बीजेपी चला गया हूँ ओद बिक्रम सिंह मजीठिए ने जो अजनाला हलका सरदार सुखबीर सिंह बादल ने पूछण बगैर बोनी पूछण बगैर उत्थे एक हल्का इंचार्ज लाता जिहड़ा एसईबीसी मैंबर जोत सिंह समरा उन्हूं लाउण तों बाद फिर इहने सारे जिहड़े अहुदे सीगे दित्ते इहनां ने अपने अकालियां ने सब तों अस्तीफा देता है अस्तीफा देण तों बाद आपां अगे वी गल कीती शुरू गल कीती सी पॉसिबिलिटी है कि इह भाजपा च ज्वाइन करेगा इह जाके कंवल दे फुल दी जिहड़ी सवारी करेगा इह हुण इह कल इहदे नाल जिहड़े गए सी मनमोहन सिंह सठियाला वह भी अकाली दल के सबका विधायक है जो 1997 चोणा हुई उदो विधायक चुने गए उस तो बाद दाग कोई लगा नहीं कि कई बार कांग्रेस जन दल सरपंच रचिया फिर वह अकाली दल 1920 जवि इंद्र सिंह वाला उस भी चले गए थे लेकिन सरदार रणजीत सिंह ब्रह्मपुरा के विश्वास पात्र हूँ सरदार रणजीत सिंह ब्रह्मपुरा नहीं रहे उन्होंने जान तो बाद अपने आप लवारस समझते तो जो लवारस हों उन्हें कोई मालक लभना होंगे कल ये दो व्यक्ति बकायदा तौर पर जोड़े सके दिल्ली गए दिल्ली गजेंद्र सिंह शेखावत जोड़े केंद्रीय मंत्री ने राजस्थान तो पंजाब के भाजपा के मामलों के इंचार्ज ने उन्होंने हाजरी के अश्विनी शर्मा जोड़े पंजाब भाजपा के प्रधान ने उन्होंने हाजरी इन दो जनों ने भाजपा का पला फड़ लिया जो इन्हों की बकायदा तौर पर उत्थे शमूलियत हो रही थी अजनाले दे विच लड्डू वंडे जा रहे थे लोग कहते भी अगला मौसम जरा भाजपा का वा तो बोनी अजनाले ने बहुत सोहना सही कदम चुकया वा इस करके असी स्वागत करते हैं तो लोगों च लड्डू वंड के भंगड़े पा के बोनी की इस शमूलियत का स्वागत किया आखिरी खबर कवर कर दिया कि सुनने में भी खबर आई है कि बदले जा सकते हैं बिहार के समीकरण क्योंकि अमित शाह ने फिर की नीतीश नाल फोन ते खबर बड़ी लंबी है जी घट्टो घट चार मिनट जिहदे वास्ते चार पंज चलो साडे कोल टाइम नहीं हैगा कोई गल नहीं पटी साहब जी कल इसी अंदाज़ा दोबारा तो तुहाडे नाल मुलाकात करांगे जी और इस खबर नूं मॉर्निंग दे विच कोशिश करांगे कवर करन दी या फिर शाम नूं दोबारा तो और बड़ी इंटरेस्टिंग खबर एक बंदा जिहड़ा कहिंदा होवे भी मैं भाजपा ना मर जाऊंगा वापस जाऊंगा ते ओ फिर उन्हां दा टेलीफोन ते गल्लां करदा फिरदा सारी डिटेल च गल करांगे नो प्रॉब्लम जी ठीक है जी कल दे ते गलबात कीती जाएगी तद तक तुहाडा साडा रब रखे बहुत बहुत धन्यवाद पट्टी साहब जी और शुक्रिया तुसी सुन रहे हो चावला न्यूज़ नेटवर्क टोरंटो CNN टोरंटो